ਬਾਕੀ ਸਮਾਨ ਦੀ ਅਸੀਂ ਗੱਡੀ ਭਰ ਕੇ ਦਿੱਤੀ ਸੀਗੀ, ਗੁੱਡੀ ਸਾਡੀ ਕਹਿੰਦੀ ਵੀ ਸਮਾਨ ਮੈਂ ਨਹੀਂ ਇੱਥੇ ਰਹਿਣ ਦੇਣਾ, ਵੇਚੀ ਜਾਂਦੇ ਆ ਤੋੜੀ ਜਾਂਦੇ ਆ। ਅਸੀਂ ਸਮਾਨ ਲੱਦ ਕੇ ਲੈ ਗਏ ਆਪਣੇ ਘਰ, 10 ਵਜੇ ਦੇ ਤਕਰੀਬ ਅਸੀਂ ਕੁੜੀ ਦੇ ਕੋਲੋਂ ਗਏ ਹਾਂ ਅਤੇ 11:15 ਵਜੇ ਸਾਨੂੰ ਫੋਨ ਚੱਲ ਗਿਆ ਵੀ ਤੁਹਾਡੀ ਲੜਕੀ ਮਾਰ ਕੇ ਤੰਦਰੇ ਦੇ ਨਾਲ ਟੰਗੀ ਹੋਈ ਆ ਅਤੇ ਆਣ ਕੇ ਲਾ ਸਕਦੇ ਹਾਂ। ਇੱਕ ਪਰਾਹੁਣਾ, ਇੱਕ ਕੁੜੀ ਦਾ ਸਹੁਰਾ, ਇਹਨਾਂ ਨੇ ਸਾਨੂੰ ਭਾਲ ਕੇ ਪੁਲਿਸ ਵਾਲਿਆਂ ਨੇ ਦਬਕੇ ਦੁਬਕੇ ਮਾਰ ਕੇ ਸੜਕੋਂ 112 ਨੰਬਰ ਤੋਂ ਦਰਖਾਸਤ ਆਈ ਸੀ, ਉੱਥੇ ਫੋਨ ਕਰਵਾ ਕੇ ਸੜਕੋਂ ਇਹਨਾਂ ਨੇ ਉੱਥੇ ਵੀ ਬਿਆਨ ਦਵਾ ਦਿੱਤੇ ਵੀ ਸਾਡਾ ਰਾਜ਼ੀਨਾਮਾ ਹੋ ਗਿਆ ਵਾ। ਜਦੋਂ ਅਸੀਂ ਆਏ ਹਾਂ ਤਾਂ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ ਉਹਨਾਂ ਦੇ ਘਰ ਦੇ ਮੂਹਰੇ। ਉਸ ਮੁੰਡੇ ਨੇ 100 ਬੰਦੇ ਦੇ ਵਿੱਚੋਂ ਉੱਠ ਕੇ ਸਾਡੇ ਫੇਰ ਟਾਂ ਮਾਰੀਆਂ ਅਤੇ ਉਸ ਗੁੱਡੀ ਦਾ ਇੱਕ ਕਾਕਾ ਵਾ। ਤੀਵੀਂ ਆਰਮੀ ਦਾ ਝਗੜਾ ਹੋਇਆ, ਤੁਹਾਡਾ ਜਗਜੀਤ ਸਿੰਘ ਜੱਗੀ ਸੀ ਇਹਨੇ ਆਪਣੀ ਪਤਨੀ ਸ਼ਰਨਜੀਤ ਕੌਰ ਦਾ ਗਲਾ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ। ਤਾਂ ਜਿਹੜਾ ਦੌਰਾਨੇ ਤਫਤੀਸ਼ ਅਸੀਂ ਜਿਹੜਾ ਰੇਡ ਕਰਕੇ ਜਗਜੀਤ ਸਿੰਘ ਜੱਗੀ ਨੂੰ ਗ੍ਰਿਫਤਾਰ ਕਰ ਲਿਆ। ਮੈਂ ਮੰਗਲ ਸਿੰਘ, ਮੇਰਾ ਨਾਮ ਆ ਜੀ। ਪਿੰਡ ਕਾਲਰੂ ਸਾਡੀ ਭਤੀਜੀ ਵਿਆਹੀ ਸੀਗੀ, ਉਹਨਾਂ ਦੇ ਮਾੜਾ ਮੋਟਾ ਝਗੜਾ ਹੁੰਦਾ ਸੀ, ਉਹਦੇ ਪਿਓ ਸਹੁਰੇ ਨੇ ਕੁੜੀ ਦੇ ਨੇ ਸਾਨੂੰ ਫੋਨ ਕਰਕੇ ਸੱਦਿਆ ਅਤੇ ਜਿਹੜਾ ਪ੍ਰਾਹੁਣ ਸੀਗਾ ਉਹਨੇ ਕੇਬਲ ਤਾਰ ਤੋੜ ਕੇ ਸਾਨੂੰ 3 ਜਣਿਆਂ ਨੂੰ ਕਰੰਟ ਲਵਾਇਆ। ਉਹ ਕਰੰਟ ਤੋਂ ਅਸੀਂ ਬਚ ਗਏ ਹਾਂ। 2 ਵਜੇ ਤੱਕ ਅਸੀਂ ਉੱਥੇ ਕੁੜੀ ਦੇ ਕੋਲ ਰਹੇ ਹਾਂ, ਕੁੜੀ ਸਾਡੀ ਬਿਲਕੁਲ ਨੌ ਬਰਨਾਉ ਸੀਗੀ। ਸਵੇਰੇ 7 ਵਜੇ ਸਾਨੂੰ ਪੁਲਿਸ ਨੇ ਫੋਨ ਕਰਕੇ ਸੱਦਿਆ ਵੀ ਕਿੱਥੇ ਗਏ ਤੁਸੀਂ, ਇੱਥੇ ਆਓ, ਅਸੀਂ ਆਏ ਹੋਏ ਹਾਂ। ਅਸੀਂ ਆਏ ਹਾਂ, ਇੱਕ ਪਰਾਹੁਣਾ, ਇੱਕ ਕੁੜੀ ਦਾ ਸਹੁਰਾ, ਇਹਨਾਂ ਨੇ ਸਾਨੂੰ ਭਾਲ ਕੇ ਪੁਲਿਸ ਵਾਲਿਆਂ ਨੇ ਦਬਕੇ ਦੁਬਕੇ ਮਾਰ ਕੇ ਸੜਕੋਂ 112 ਨੰਬਰ ਤੋਂ ਦਰਖਾਸਤ ਆਈ ਸੀ, ਉੱਥੇ ਫੋਨ ਕਰਵਾ ਕੇ ਸੜਕੋਂ ਇਹਨਾਂ ਨੇ ਉੱਥੇ ਵੀ ਬਿਆਨ ਦਵਾ ਦਿੱਤੇ ਵੀ ਸਾਡਾ ਰਾਜ਼ੀਨਾਮਾ ਹੋ ਗਿਆ ਵਾ। ਬਾਕੀ ਸਮਾਨ ਦੀ ਅਸੀਂ ਗੱਡੀ ਭਰ ਕੇ ਦਿੱਤੀ ਸੀਗੀ, ਗੁੱਡੀ ਸਾਡੀ ਕਹਿੰਦੀ ਵੀ ਸਮਾਨ ਮੈਂ ਨਹੀਂ ਇੱਥੇ ਰਹਿਣ ਦੇਣਾ, ਵੇਚੀ ਜਾਂਦੇ ਆ ਤੋੜੀ ਜਾਂਦੇ ਆ। ਅਸੀਂ ਸਮਾਨ ਲੱਦ ਕੇ ਲੈ ਗਏ ਆਪਣੇ ਘਰ, 10 ਵਜੇ ਦੇ ਤਕਰੀਬ ਅਸੀਂ ਕੁੜੀ ਦੇ ਕੋਲੋਂ ਗਏ ਹਾਂ ਅਤੇ 11:15 ਵਜੇ ਸਾਨੂੰ ਫੋਨ ਚੱਲ ਗਿਆ ਵੀ ਤੁਹਾਡੀ ਲੜਕੀ ਮਾਰ ਕੇ ਤੰਦਰੇ ਦੇ ਨਾਲ ਟੰਗੀ ਹੋਈ ਆ ਅਤੇ ਆਣ ਕੇ ਲਾ ਸਕਦੇ ਹਾਂ। ਜਦੋਂ ਅਸੀਂ ਆਏ ਹਾਂ ਅਤੇ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ ਉਹਨਾਂ ਦੇ ਘਰ ਦੇ ਮੂਹਰੇ। ਉਸ ਮੁੰਡੇ ਨੇ 100 ਬੰਦੇ ਦੇ ਵਿੱਚੋਂ ਉੱਠ ਕੇ ਸਾਡੇ ਫੇਰ ਟਾਂ ਮਾਰੀਆਂ ਅਤੇ ਉਸ ਗੁੱਡੀ ਦਾ ਇੱਕ ਕਾਕਾ ਵਾ, ਚੌਥੇ ਸਾਲ 'ਚ ਲੱਗਾ ਜੀ, ਉਹ ਇਸ ਟਾਈਮ ਸਾਡੇ ਕੋਲ ਵਾ। ਜੇ ਉਹ ਕਾਕਾ ਅਸੀਂ ਨਾ ਲੈ ਕੇ ਆਉਂਦੇ ਅਤੇ ਉਸ ਬੰਦੇ ਨੇ ਉਹ ਕਾਕਾ ਵੀ ਮਾਰ ਦੇਣਾ ਸੀਗਾ। ਅਜੇ ਪ੍ਰਾਹੁਣਾ ਜਿਹੜਾ ਸੀ ਉਹ ਕੱਲ੍ਹ ਮੌਕੇ 'ਤੇ ਫੜਿਆ ਗਿਆ ਸੀਗਾ, ਇਸ ਟਾਈਮ ਉਹ ਠਾਣੇ ਆ। ਪਿਓ ਉਹਦਾ ਭੱਜਿਆ ਹੋਇਆ ਵਾ। ਅਸੀਂ ਤਾਂ ਮਹਾਰਾਜ ਜੀ ਮੰਗ ਇਹ ਕਰਦੇ ਹਾਂ ਵੀ ਜਿੱਦਾਂ ਸਾਡੀ ਲੜਕੀ ਦੀ ਬਰਬਾਦੀ ਹੋਈ ਆ ਉੱਦਾਂ ਇਸ ਬੰਦੇ ਦੀ ਬਰਬਾਦੀ ਹੋਣੀ ਚਾਹੀਦੀ, ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਕੱਲ੍ਹ ਮਿਤੀ 6/5/21 ਨੂੰ ਵਕਤ ਕਰੀਬ 11:30 ਵਜੇ ਸਾਨੂੰ ਇਤਲਾਹ ਮਿਲੀ ਵੀ ਟੈਲੀਫੋਨ 'ਤੇ ਵੀ ਇੱਕ ਲੜਕੀ ਦਾ ਪਿੰਡ ਕਾਲਰੂ ਵਿਖੇ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਗਿਆ। ਜਿੱਥੇ ਅਸੀਂ ਮੌਕੇ 'ਤੇ ਗਏ, ਮੌਕੇ 'ਤੇ ਸਾਨੂੰ ਜਿਹੜੀ ਲੜਕੀ ਸ਼ਰਨਜੀਤ ਕੌਰ, ਇਹ ਪਿੰਡ ਨੂਰੋਵਾਲ ਦੀ ਰਹਿਣ ਵਾਲੀ ਸੀਗੀ। ਇਹਦਾ 4 ਸਾਲ ਪਹਿਲਾਂ ਵਿਆਹ ਜਿਹੜਾ ਹੋਇਆ ਪਿੰਡ ਕਾਲਰੂ ਜਗਜੀਤ ਸਿੰਘ ਜੱਗੀ ਨਾਲ ਹੋਇਆ ਸੀਗਾ। ਤਾਂ ਜਿਹੜਾ ਜਗਜੀਤ ਸਿੰਘ ਜੱਗੀ ਸੀ ਉਹ ਸ਼ੁਰੂ ਤੋਂ ਸ਼ਰਾਬ ਪੀਣ ਦਾ ਆਦੀ ਸੀਗਾ ਜੀ, ਸ਼ਰਾਬ ਪੀਣ ਦਾ ਆਦੀ ਸੀਗਾ ਅਤੇ ਦਾਰੂ ਸ਼ਿਕਾ ਕਰਦਾ ਸੀਗਾ। ਤਾਂ ਲੜਕੀ ਕੋਈ ਹੁਣ 1.5 ਸਾਲ ਆਪਣੇ ਪੇਕੇ ਘਰ ਰਹੀ ਆ, ਹੁਣ ਕਰੀਬ 10-12 ਦਿਨ ਤੋਂ ਉੱਥੇ ਆਪਣੇ ਫਿਰ ਸਹੁਰੇ ਘਰ ਆਈ। ਤਾਂ ਇਹਨਾਂ ਦਾ ਕੱਲ੍ਹ ਝਗੜਾ ਹੋਇਆ ਤਾਂ ਕੱਲ੍ਹ ਸਵੇਰੇ ਪੰਚਾਇਤ ਵਿੱਚ ਇਹਨਾਂ ਦਾ ਰਾਜੀਨਾਮਾ ਹੋਇਆ। ਰਾਜੀਨਾਮੇ ਦੇ ਦੌਰਾਨ ਜਿਹੜੇ ਲੜਕੀ ਦੇ ਪੇਕਾ ਪਰਿਵਾਰ ਸੀਗਾ ਉਹ ਲੜਕੀ ਦਾ ਸਮਾਨ ਲੈ ਗਏ ਪਰ ਲੜਕੀ ਨੂੰ ਉੱਥੇ ਘਰੇ ਛੱਡ ਗਏ। ਉਸ ਤੋਂ ਬਾਅਦ ਦੇ ਵਿੱਚ ਫਿਰ ਤੀਵੀਂ ਆਦਮੀ ਦਾ ਝਗੜਾ ਹੋਇਆ, ਤੁਹਾਡਾ ਜਗਜੀਤ ਸਿੰਘ ਜੱਗੀ ਸੀ ਇਹਨੇ ਆਪਣੀ ਪਤਨੀ ਸ਼ਰਨਜੀਤ ਕੌਰ ਦਾ ਗਲਾ ਘੁੱਟ ਕੇ
ਉਹਦੀ ਹੱਤਿਆ ਕਰ ਦਿੱਤੀ। ਅਸੀਂ ਉੱਥੇ ਪਿੰਡ ਪੁੱਜ ਕੇ ਮੰਗਲ ਸਿੰਘ ਇਲੀਸ ਮੰਗਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰੱਤਾ ਕਦੀਮ ਥਾਣਾ ਫੱਤੂ ਢੀਂਗਾ, ਉਹ ਲੜਕੀ ਦਾ ਫੁੱਫੜ ਸੀਗਾ। ਉਹਨੇ ਫਿਰ ਸਾਡੇ ਪਾਸ ਬਿਆਨ ਲਿਖਾਏ। ਉਹਦੇ ਬਿਆਨਾਂ ਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹੋਏ ਜਗਜੀਤ ਸਿੰਘ ਜੱਗੀ ਅਤੇ ਉਸ ਦੇ ਪਿਤਾ ਸਾਧੂ ਸਿੰਘ ਸਾਧੂ ਰਾਮ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਕੇ ਉਹ ਲੜਕੀ ਦੀ ਡੈੱਡ ਬੋਡੀ ਸ਼ਰਨਜੀਤ ਕੌਰ ਦੀ ਅਸੀਂ ਸਿਵਲ ਹਸਪਤਾਲ ਰੱਖੀ। ਤਾਂ ਜਿਹੜਾ ਦੌਰਾਨੇ ਤਫਤੀਸ਼ ਅਸੀਂ ਜਿਹੜਾ ਰੇਡ ਕਰਕੇ ਜਗਜੀਤ ਸਿੰਘ ਜੱਗੀ ਨੂੰ ਗ੍ਰਿਫਤਾਰ ਕਰ ਲਿਆ। ਉਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ। ਲੜਕੀ ਜਿਹੜੀ ਸ਼ਰਨਜੀਤ ਕੌਰ ਆ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਸਿਵਲ ਹਸਪਤਾਲ। ਜਿਹੜਾ ਉਹਦਾ ਫਾਦਰ ਸੀਗਾ ਜਗਜੀਤ ਸਿੰਘ ਜੱਗੀ ਦਾ ਸਾਧੂ ਰਾਮ, ਉਹ ਘਰੋਂ ਭੱਜਿਆ ਹੋਇਆ, ਉਹਨੂੰ ਵੀ ਜਲਦੀ ਕਾਬੂ ਕਰ ਲਿਆ ਜਾਊਗਾ। ਅਤੇ ਇਹਨਾਂ ਦਾ ਇੱਕ 4 ਸਾਲ ਦਾ ਬੱਚਾ ਛੋਟਾ ਜੋ ਵੀ ਥੋੜ੍ਹਾ ਜਿਹਾ ਬਿਮਾਰ ਰਹਿੰਦਾ ਹੈ, ਠੀਕ ਨਹੀਂ ਹੈਗਾ। ਸਾਡੇ ਪਾਸ ਬਿਆਨ ਲਿਖਾਉਣ 'ਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆਂ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।